ਕਣਕ ਦੀ ਵਾਢੀ ਹੁਣ ਪੂਰੇ ਜ਼ੋਰਾਂ 'ਤੇ ਆ ਅਤੇ ਆਪਣੇ ਕਿਸਾਨ ਵੀਰ ਵੀ ਇੰਨੇ ਕਾਲੇ ਆ ਨਾ ਕਿ ਕੰਬਾਈਨ ਨਾ ਬਸ ਆਪਣੀ ਕਣਕ ਵੱਢ ਕੇ ਹਜੇ ਖੇਤੋਂ ਬਾਹਰ ਹੀ ਨਿਕਲੀ ਹੁੰਦੀ ਆ ਅਤੇ ਨਾਲ ਨਾਲ ਮਗਰੀ ਤੂੜੀ ਵਾਲੀ ਮਸ਼ੀਨ ਲਾ ਦਿੰਦੇ ਨਾਲੇ ਇਹ ਵੀ ਪੁੱਛਦੇ ਆ ਯਾਰ ਤੂੜੀ ਦੀ ਜਿਹੜੀ ਇੱਕ ਟਰਾਲੀ ਬਣਾਉਂਦੇ ਹਾਂ ਇਹਦਾ ਕੀ ਰੇਟ ਚੱਲੀ ਜਾਂਦਾ ਕਦੇ ਆਪਾਂ ਸਸਤੀ ਨਾ ਵੇਚ ਦਈਏ ਜਾਂ ਫਿਰ ਤੂੜੀ ਦਾ ਹੁਣ ਰੇਟ ਕੀ ਚੱਲ ਰਿਹਾ ਖਾਸ ਕਰਕੇ ਨਵੀਂ ਤੂੜੀ ਦਾ ਤਾਂ ਆਓ ਜਾਣਗੇ ਤਾਂ ਜਿਹੜੇ ਕਿਸਾਨ ਵੀਰ ਨਵੇਂ ਆ ਹੁਣ ਕਿਰਪਾ ਕਰਕੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣ ਜੇਕਰ ਤੁਸੀਂ ਇਹੀ ਵੀਡੀਓ ਫੇਸਬੁੱਕ ਪੇਜ 'ਤੇ ਵੇਖ ਰਹੇ ਹੋ ਤਾਂ ਆਪਣੇ ਪੇਜ ਨੂੰ ਫੋਲੋ ਕਰਨਾ ਬਿਲਕੁਲ ਵੀ ਨਾ ਭੁੱਲਣਾ ਕਿਉਂਕਿ ਆਪਾਂ ਇਸੇ ਤਰ੍ਹਾਂ ਜਾਣਕਾਰੀ ਭਰਪੂਰ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਤੂੜੀ ਦੀ ਅਤੇ ਆਪਾਂ ਬਾਹਲਾ ਸਮਾਂ ਨਹੀਂ ਲਾਉਂਦੇ ਨਾ ਤਾਂ ਆਪਾਂ ਐਂ ਆਖਾਂਗੇ ਯਾਰ ਬਠਿੰਡੇ ਦੇ ਵਿੱਚ ਆਹ ਰੇਟ ਆ ਮੋਗੇ ਦੇ ਵਿੱਚ ਆਹ ਜਾਂ ਜਲੰਧਰ ਦੇ ਵਿੱਚ ਆਹ ਆਪਾਂ ਬਸ ਇੱਕੋ ਗੱਲ ਹੀ ਕਹਾਂਗੇ ਕਿ ਘੱਟ ਤੋਂ ਘੱਟ ਤੂੜ ਦਾ ਰੇਟ 500 ਰੁਪਏ ਕੁਇੰਟਲ ਆ ਅਤੇ ਵੱਧ ਤੋਂ ਵੱਧ 600-700 ਰੁਪਏ ਤੱਕ ਵੀ ਤੂੜੀ ਵਿਕ ਰਹੀ ਆ ਜੇਕਰ ਮੈਂ ਗੱਲ ਕਰਾਂ ਆਪਣੇ ਏਰੀਏ ਦੀ ਬਠਿੰਡੇ ਏਰੀਏ ਤਾਂ ਸਾਡੇ ਤਾਂ ਇੱਥੇ 500 ਚੱਲੀ ਜਾਂਦਾ ਪਰੰਤੂ ਜਿੱਥੇ ਖਰਾਬ ਮੌਸਮ ਕਰਕੇ ਕਣਕ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਜਿਵੇਂ ਕਿ ਮੁਕਤਸਰ ਦਾ ਏਰੀਆ ਜਿੱਥੇ ਸੇਮ ਬਹੁਤ ਜ਼ਿਆਦਾ ਹੈਗੀ ਤਾਂ ਉੱਥੇ ਤਾਂ ਤੂੜੀ 700 ਰੁਪਏ ਕੁਇੰਟਲ ਨੂੰ ਵੀ ਥਿਉਂਦੀ ਨਹੀਂ ਲੋਕ ਮਿੰਨਤਾਂ ਕਰਦੇ ਆ ਇੰਨਾ ਕੁ ਰੇਟ ਹੋਇਆ ਪਿਆ ਤੂੜੀ ਦਾ ਹੁਣ ਗੱਲ ਕਰਦੇ ਹਾਂ ਤੂੜੀ ਵਾਲੀ ਟਰਾਲੀ ਦੀ ਕਈ ਕਿਸਾਨ ਵੀਰ ਕਹਿੰਦੇ ਯਾਰ ਆਪਾਂ ਟਰਾਲੀਆਂ ਵੇਚਾਂਗੇ ਤਾਂ ਹੁਣ ਇੱਕ ਟਰਾਲੀ ਦਾ ਕੀ ਰੇਟ ਚੱਲੀ ਜਾਂਦਾ ਜੇਕਰ ਮੈਂ ਘੱਟ ਤੋਂ ਘੱਟ ਗੱਲ ਕਰਾਂ ਤਾਂ 3500-4000 ਰੁਪਏ ਤੋਂ ਲੈ ਕੇ ਵੱਧ ਤੋਂ ਵੱਧ 5500-6000 ਰੁਪਏ ਤੱਕ ਤਾਂ ਆਹ ਤੂੜੀ ਦੀ ਇੱਕ ਟਰਾਲੀ ਵਿਕੀ ਜਾਂਦੀ ਹੈਗੀ ਹੁਣ ਦੋਸਤੋ 3500-4000 ਤੋਂ ਘੱਟ ਤਾਂ ਮੈਨੂੰ ਲੱਗਦਾ ਕਿ ਵੀ ਕਿਸੇ ਪਾਸੇ ਰੇਟ ਹੈ ਨਹੀਂ ਗਾ ਮੈਂ ਜੇਕਰ ਆਪਦੀ ਏਰੀਏ ਦੀ ਗੱਲ ਕਰਾਂ ਤਾਂ 4000 ਰੁਪਏ ਤੱਕ ਤੂੜੀ ਬੜੇ ਆਰਾਮ ਨਾਲ ਵਿਕੀ ਜਾਂਦੀ ਹੈ ਘੱਟ ਤੋਂ ਘੱਟ ਰੇਟ ਆ ਅਤੇ ਹੁਣ ਗੱਲ ਕਰਦੇ ਹਾਂ ਕਿ ਵੱਧ ਤੋਂ ਵੱਧ ਤੂੜੀ ਦੀ ਇੱਕ ਟਰਾਲੀ ਦਾ ਕੀ ਰੇਟ ਚੱਲੀ ਜਾਂਦਾ ਤਾਂ ਆਹੀ ਆਪਣੇ ਮੁਕਤਸਰ ਏਰੀਏ ਦੇ ਵਿੱਚ ਜਿੱਥੇ ਕਣਕ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਗਾ ਜਿੱਥੇ ਸੀਐਮ ਵਾਲਾ ਏਰੀਆ ਸੀਗਾ ਉੱਥੇ ਤਾਂ 5500-6000 ਰੁਪਏ ਨੂੰ ਇੱਕ ਟਰਾਲੀ ਬੜੇ ਆਰਾਮ ਨਾਲ ਵਿਕੀ ਜਾਂਦੀ ਹੈਗੀ ਇੰਨਾ ਕੁ ਰੇਟ ਹੋਇਆ ਪਿਆ ਗਾ ਤੂੜੀ ਦਾ ਹੁਣ ਗੱਲ ਕਰਦੇ ਹਾਂ ਕਣਕ ਦੇ ਨਾੜ ਬਾਰੇ ਵੀ ਕਣਕ ਦਾ ਨਾੜ ਇੱਕ ਕਿੱਲੇ ਦਾ ਕੀ ਰੇਟ ਚੱਲੀ ਜਾਂਦਾ ਤਾਂ ਦੋਸਤੋ ਨਾੜ ਵੀ ਕਾਫੀ ਮਹਿੰਗਾ ਗਾ ਘੱਟ ਤੋਂ ਘੱਟ 4000 ਰੁਪਇਆ ਅਤੇ ਵੱਧ ਤੋਂ ਵੱਧ 7-8000 ਰੁਪਏ ਨੂੰ ਵੀ ਇੱਕ ਕਿੱਲੇ ਦਾ ਨਾੜ ਵਿਕ ਰਿਹਾ ਹੈਗਾ ਤਾਂ ਦੋਸਤੋ ਇਹ ਸਨ ਅੱਜ ਦੇ ਤੂੜੀ ਦੇ ਰੇਟ ਹੁਣ ਮੈਂ ਤੁਹਾਨੂੰ ਸਾਰੀ ਜਾਣਕਾਰੀ ਦੇਤੀ ਕਿ ਨਾੜ ਇੰਨੇ ਕੁ ਰੁਪਏ ਨੂੰ ਵਿਕੀ ਜਾਂਦਾ ਗਾ ਜਿੱਥੇ ਬਹੁਤਾ ਜ਼ਿਆਦਾ ਨੁਕਸਾਨ ਹੋਇਆ ਉੱਥੇ ਕਣਕ ਦਾ ਨਾੜ ਇੰਨੇ ਕੁ ਰੁਪਈਏ ਗਾ ਜਿੱਥੇ ਤੁਸੀਂ ਇੱਕ ਟਰਾਲੀ ਤੂੜੀ ਦੀ ਵੇਚਣੀ ਆ ਉਹਦਾ ਕੀ ਰੇਟ ਚੱਲੀ ਜਾਂਦਾ ਅਤੇ ਜੇਕਰ ਤੁਸੀਂ ਸਿੱਧੀ ਤੂੜੀ ਵੇਚਣੀ ਆ ਤਾਂ ਉਹਦਾ ਕੀ ਰੇਟ ਚੱਲੀ ਜਾਂਦਾ ਆਉਣ ਵਾਲੇ ਸਮੇਂ ਦੇ ਵਿੱਚ ਤੂੜੀ ਦਾ ਰੇਟ ਵਧੂਗਾ ਜਾਂ ਘਟੂਗਾ ਇਸ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ ਗਾ ਫਿਲਹਾਲ ਅੱਜ ਦੇ ਲਈ ਇੰਨਾ ਕਿ ਜੇਕਰ ਜਾਣਕਾਰੀ ਵਧੀਆ ਲੱਗੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਧੰਨਵਾਦ ਦੋਸਤੋ।